ਚੀਨ ਦੇ ਇੱਕ ਵਿਅਕਤੀ ਦਾ ਆਪਣੇ ਪੁੱਤਰ ਨਾਲ 24 ਸਾਲ ਬਾਅਦ ਮੇਲ ਹੋਇਆ ਹੈ। ਇਹ ਵਿਅਕਤੀ ਆਪਣੇ ਪੁੱਤਰ ਦੀ ਭਾਲ ਵਿੱਚ ਚੀਨ 'ਚ ਮੋਟਰਸਾਈਕਲ ਉੱਤੇ 5 ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਸਫ਼ਰ ਤੈਅ ਕਰ ਚੁੱਕਿਆ ਹੈ। ਚੀਨ ਦੇ ਸ਼ਾਂਗਡੋਂਗ ਸੂਬੇ ਵਿੱਚ ਗੂਓ ਗੈਂਗਟੋਂਗ ਦੇ ਪੁੱਤਰ ਨੂੰ ਉਹਨਾਂ ਦੇ ਘਰ ਅੱਗੋਂ ਹੀ 2 ਸਾਲ ਦੀ ਉਮਰ ਵਿੱਚ ਮਨੁੱਖੀ ਤਸਕਰਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ। ਗੂਓ ਦੇ ਪੁੱਤਰ ਦੇ ਗਾਇਬ ਹੋਣ ਤੋਂ ਕਈ ਸਾਲਾਂ ਬਾਅਦ 2015 ਵਿੱਚ ਇੱਕ ਕੇਸ ਤੋਂ ਪ੍ਰੇਰਿਤ ਹੋ ਕੇ ਇੱਕ ਫਿਲਮ ਵੀ ਬਣੀ, ਜਿਸ ਵਿੱਚ ਹਾਂਗਕਾਂਗ ਦੇ ਸੁਪਰਸਟਾਰ ਐਂਡੀ ਲਾਓ ਅਦਾਕਾਰ ਸਨ। ਬੱਚਿਆਂ ਨੂੰ ਅਗਵਾ ਕਰਨਾ ਚੀਨ ਦੀ ਇੱਕ ਵੱਡੀ ਸਮੱਸਿਆ ਹੈ। ਹਰ ਸਾਲ ਇੱਥੇ ਹਜ਼ਾਰਾਂ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਚੀਨ ਦੇ ਪਬਲਿਕ ਸਿਕਿਉਰਿਟੀ ਮੰਤਰਾਲੇ ਮੁਤਾਬਕ ਗੂਓ ਦੇ ਪੁੱਤਰ ਦੀ ਪਛਾਣ ਲਈ DNA ਦੀ ਮਦਦ ਨਾਲ ਪੁਲਿਸ ਕਾਮਯਾਬ ਹੋਈ ਸੀ। ਗਲੋਬਲ ਟਾਈਮਸ ਦੀ ਰਿਪੋਰਟ ਮੁਤਾਬਕ ਬਾਅਦ ਵਿੱਚ 2 ਸ਼ੱਕੀਆਂ ਨੂੰ ਟਰੈਕ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਚਾਈਨਾ ਨਿਊਜ਼ ਦੀ ਰਿਪੋਰਟ ਮੁਤਾਬਕ ਦੋਵੇਂ ਸ਼ੱਕੀ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਬੱਚੇ ਨੂੰ ਅਗਵਾ ਕਰਨ ਦੀ ਯੋਜਨਾ ਇਸ ਇਰਾਦੇ ਨਾਲ ਬਣਾਈ ਗਈ ਕਿ ਇਸ ਨੂੰ ਵੇਚ ਕੇ ਪੈਸੇ ਕਮਾਏ ਜਾਣਗੇ। ਜਦੋਂ ਗੂਓ ਗੈਂਗਟੋਂਗ ਦਾ ਪੁੱਤਰ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਇੱਕ ਮਹਿਲਾ ਅਗਵਾਕਾਰ ਨੇ ਬੱਚੇ ਨੂੰ ਫੜ ਲਿਆ ਅਤੇ ਬੱਸ ਸਟੇਸ਼ਨ 'ਤੇ ਲੈ ਗਈ, ਜਿੱਥੇ ਉਸਦਾ ਸਾਥੀ ਹੂ ਇੰਤਜ਼ਾਰ ਕਰ ਰਿਹਾ ਸੀ। ਇਸ ਤੋਂ ਬਾਅਦ ਇਸ ਜੋੜੇ ਨੇ ਇੰਟਰਸਿਟੀ ਕੋਚ ਉੱਤੇ ਸਫ਼ਰ ਕਰਦਿਆਂ ਗੁਆਂਢੀ ਸੂਬੇ ਹਿਨਾਨ ਦਾ ਰੁੱਖ ਕੀਤਾ ਅਤੇ ਬੱਚੇ ਨੂੰ ਉੱਥੇ ਵੇਚ ਦਿੱਤਾ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਗੂਓ ਦਾ ਬੇਟਾ ਅਜੇ ਵੀ ਹਿਨਾਨ ਵਿੱਚ ਹੀ ਰਹਿੰਦਾ। ਗੂਓ ਨੇ ਪੱਤਰਕਾਰਾਂ ਨੂੰ ਦੱਸਿਆ, ਹੁਣ ਬੱਚਾ ਮਿਲ ਗਿਆ, ਸਭ ਕੁਝ ਖੁਸ਼ਹਾਲ ਹੋਵੇਗਾ। 1997 ਵਿੱਚ ਗੂਓ ਦੇ ਪੁੱਤਰ ਦੇ ਅਗਵਾ ਹੋਣ ਤੋਂ ਬਾਅਦ ਗੂਓ ਨੇ ਚੀਨ ਦੇ 20 ਤੋਂ ਵੱਧ ਸੂਬਿਆਂ ਵਿੱਚ ਬੱਚੇ ਦੀ ਭਾਲ ਵਿੱਚ ਮੋਟਰਸਾਈਕਲ ਉੱਤੇ ਸਫ਼ਰ ਕੀਤਾ। ਬੱਚੇ ਨੂੰ ਲੱਭਣ ਦੇ ਇਸ ਸਿਲਸਿਲੇ ਦੌਰਾਨ ਟ੍ਰੈਫਿਕ ਦੁਰਘਟਨਾ ਵਿੱਚ ਗੂਓ ਦੀਆਂ ਕਈ ਹੱਡੀਆਂ ਵੀ ਟੁੱਟੀਆਂ ਅਤੇ ਇਸ ਦੌਰਾਨ ਹਾਈਵੇ ਉੱਤੇ ਡਕੈਤੀ ਦਾ ਸਾਹਮਣਾ ਵੀ ਕੀਤਾ। ਇਸ ਪੂਰੇ ਸਮੇਂ ਦੌਰਾਨ 10 ਮੋਟਰਸਾਈਕਲ ਵੀ ਨੁਕਸਾਨੇ ਗਏ। ਆਪਣੇ ਪੁੱਤਰ ਦੀ ਤਸਵੀਰ ਨਾਲ ਗੂਓ ਬੈਨਰ ਲੈ ਕੇ ਘੁੰਮਦੇ ਰਹੇ। ਇਸ ਦੌਰਾਨ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਪੁੱਤਰ ਨੂੰ ਲੱਭਣ ਦੇ ਮਿਸ਼ਨ ਉੱਤੇ ਹੀ ਲਗਾ ਦਿੱਤੀ। ਇੱਥੋਂ ਤੱਕ ਕਿ ਉਹ ਪੁੱਲਾਂ ਦੇ ਹੇਠ ਵੀ ਸੁੱਤੇ ਅਤੇ ਪੈਸੇ ਖਤਮ ਹੋਣ ਦੀ ਹਾਲਤ ਵਿੱਚ ਭੀਖ ਤੱਕ ਮੰਗੀ। ਪੁੱਤਰ ਦੀ ਭਾਲ ਦੌਰਾਨ ਗੂਓ ਚੀਨ ਦੀ ਮਿਸਿੰਗ ਪਰਸਨਸ ਆਰਗੇਨਾਈਜੇਸ਼ਨ ਦੇ ਅਹਿਮ ਮੈਂਬਰ ਵੀ ਬਣ ਗਏ ਅਤੇ ਘੱਟੋ ਘੱਟ 7 ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਨਾਲ ਮਿਲਵਾਇਆ। ਜਿਵੇਂ ਹੀ ਇਹ ਖ਼ਬਰ ਮਿਲੀ ਕਿ ਗੂਓ ਦੇ ਪੁੱਤਰ ਨੂੰ ਲੱਭ ਲਿਆ ਗਿਆ ਤਾਂ ਚੀਨੀ ਸੋਸ਼ਲ ਮੀਡੀਆ ਉੱਤੇ ਗੂਓ ਦੇ ਸਮਰਥਨ ਵਿੱਚ ਸੁਨੇਹੇ ਆਉਣ ਲੱਗੇ। ਮਾਈਕਰੋ ਬਲੌਗਿੰਗ ਸਾਈਟ ਵੀਵੋ ਉੱਤੇ ਇੱਕ ਸ਼ਖਸ ਨੇ ਲਿਖਿਆ, ਕਈ ਮਾਪਿਆਂ ਨੇ ਉਮੀਦ ਪਹਿਲਾਂ ਹੀ ਛੱਡ ਦਿੱਤੀ ਹੋਵੇਗੀ, ਗੂਓ ਬਹੁਤ ਵਿਲੱਖਣ ਹਨ ਅਤੇ ਮੈਂ ਉਹਨਾਂ ਲਈ ਖੁਸ਼ ਹਾਂ। ਚੀਨ ਵਿੱਚ ਕਿਡਨੈਪਿੰਗ ਅਤੇ ਬੱਚਿਆਂ ਦੀ ਤਸਕਰੀ ਦਹਾਕਿਆਂ ਤੋਂ ਇੱਕ ਸਮੱਸਿਆ ਹੈ। 2015 ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਕਿ ਚੀਨ ਵਿੱਚ ਹਰ ਸਾਲ ਲਗਭਗ 20,000 ਬੱਚੇ ਅਗਵਾ ਕੀਤੇ ਗਏ। ਬਹੁਤਿਆਂ ਨੂੰ ਗੋਦ ਲੈਣ ਲਈ ਚੀਨ ਅਤੇ ਚੀਨ ਤੋਂ ਬਾਹਰ ਵੇਚ ਦਿੱਤਾ ਗਿਆ।